ਕਮਲੀ ਵਾਲੇ ਨੇ ਨਬੂਤ ਪਹਿਲੇ ਦੀ ਲੱਭੀ, ਆਦਮ ਤੋਂ ਵੀ ਪਹਿਲੇ ਦੀ ਲੱਭੀ ਤੇ 40 ਸਾਲ ਬਾਅਦ ਉਸਦੀ ਤਾਲ ਕਿਉਂ ਲੱਭੀ? ਕੋਈ ਸਵਾਲ ਕਰ ਸਕਦਾ ਨਾ? ਮੈਂ ਸਵਾਲ ਵੀ ਆਪ ਹੀ ਕਰਾਂਗਾ ਤੇ ਜਵਾਬ ਵੀ ਆਪ ਹੀ ਦੇਵਾਂਗਾ, ਤਾਂ ਕਿਸੇ ਦੀ ਗੋਲਤੀ ਖੁੱਲੇ ਨਾ। ਹੁਣ ਕੀ ਕਿਆ ਸੋਹਣਿਆ, 40 ਸਾਲ ਬਾਅਦ ਕਿਤਾਬ ਕਿਉਂ ਲੱਭੀ? ਤੇ ਦੋਸਤੋ ਯਾਦ ਰੱਖੋ ਕਿ ਰੱਬ ਤਾਲਾ ਨੇ ਕਾਇਨਾਤ ਦਾ ਕਾਨੂੰਨ ਬਣਾਇਆ ਕਿ ਪਹਿਲੇ ਥਿਊਰੀ ਹੁੰਦੀ ਹੈ, ਪ੍ਰੈਕਟੀਕਲ ਬਾਅਦ ਚ ਹੁੰਦਾ ਹੈ। ਪਹਿਲੇ ਥਿਊਰੀ ਹੁੰਦੀ ਹੈ, ਪ੍ਰੈਕਟੀਕਲ ਬਾਅਦ ਮੇ ਹੁੰਦਾ ਹੈ। ਯਾਨੀ ਬੱਚਾ ਸਕੂਲ ਜਾਵੇ ਨਾ ਤੇ ਪਹਿਲੇ ਉਹ ਥਿਊਰੀ ਪੜ੍ਹਦਾ, ਇੱਕ ਸਾਲ ਥਿਊਰੀ ਪੜ੍ਹਦਾ, ਇੱਕ ਸਾਲ ਤੋਂ ਬਾਅਦ ਪ੍ਰੈਕਟੀਕਲ ਹੁੰਦਾ, ਯਾਨੀ ਪਰਚੇ ਹੁੰਦੇ ਨੇ। ਮਰੀਜ਼ ਹਸਪਤਾਲ 'ਚ ਜਾਏ ਨਾ ਤੇ ਡਾਕਟਰ ਪਹਿਲੇ ਉਹਦਾ ਆਪਰੇਸ਼ਨ ਨਹੀਂ ਕਰਦੇ, ਪ੍ਰੈਕਟੀਕਲ ਨਹੀਂ ਲੈਂਦੇ, ਬਲਕਿ ਟੈਸਟ ਹੁੰਦੇ ਨੇ, ਰਿਪੋਰਟਾਂ ਹੁੰਦੀਆਂ ਨੇ, ਥਿਊਰੀ ਚੈੱਕ ਕੀਤੀ ਜਾਂਦੀ, ਉਸ ਤੋਂ ਬਾਅਦ ਡਾਕਟਰ ਪ੍ਰੈਕਟੀਕਲ ਕਰਦੇ। ਕਦੀ ਇੰਜ ਹੈ ਕਿ ਗੁਰਦਾ ਕੱਢ ਕੇ ਪਹਿਲੇ ਹਸਪਤਾਲ ਦੇ ਬਾਅਦ ਕਿਉਂ ਟੈਸਟ ਕਰਾਓ? ਕਦੀ ਇੰਜ ਹੋਇਆ? ਮੈਂ ਸਾਣਾ ਵੀ ਤੇ ਨਾਲ ਸਮਝਾਉਣਾ ਵੀ। ਕਦੀ ਇੰਜ ਹੋਇਆ ਬੋਲੋ? ਪਹਿਲੇ ਥਿਊਰੀ ਹੁੰਦੀ ਹੈ, ਪ੍ਰੈਕਟੀਕਲ ਬਾਅਦ ਵਿੱਚ। ਮੁਲਜ਼ਮ ਜੱਜ ਕੋਲ ਪੇਸ਼ ਹੋਵੇ ਨਾ ਤਾਂ ਜੱਜ ਕਦੀ ਪ੍ਰੈਕਟੀਕਲ ਸ਼ੋਅ ਨਹੀਂ ਕਰਦਾ। ਜੱਜ ਕਦੀ ਪਹਿਲੇ ਇੰਜ ਕਿਤਾ ਫਾਂਸੀ ਦੀ ਦੀਵਾਰ ਕਿਉਂ ਨਾ ਦਾ ਕੇਸ ਖੋਲ ਬੋਲੋ? ਕਦੀ ਪਹਿਲੇ ਪ੍ਰੈਕਟੀਕਲ ਹੁੰਦਾ ਕਿ ਥਿਊਰੀ ਹੁੰਦੀ ਹੈ? ਬੋਲੋ ਨਾ ਉੱਚੀ। ਥਿਊਰੀ ਜਾਨੀ ਜੱਜ ਪਹਿਲੇ ਕੇਸ ਖੋਲਦਾ, ਥਿਊਰੀ ਪੜ੍ਹਦਾ, ਪੜ੍ਹ ਕੇ ਤੇ ਫਿਰ ਪ੍ਰੈਕਟੀਕਲ ਕਰਾਉਂਦਾ, ਯਾਨੀ ਇਹਨੂੰ ਰਿਹਾ ਕਰਨੇ ਜਾਂ ਸੂਲੀ ਤੇ ਚੜਾ। ਦੁਨੀਆ ਦਾ ਕਾਨੂੰਨ ਇਹ ਹੈ, ਬੱਚਾ ਸਕੂਲ ਜਾਏ ਪਹਿਲੇ ਥਿਊਰੀ ਹੈ, ਪ੍ਰੈਕਟੀਕਲ ਬਾਅਦ ਵਿੱਚ। ਮੁਲਜ਼ਮ ਜੱਜ ਕੇ ਪਾਸ ਪੇਸ਼ ਹੋ, ਪਹਿਲੇ ਥਿਊਰੀ ਹੈ, ਪ੍ਰੈਕਟੀਕਲ ਬਾਅਦ ਵਿੱਚ। ਮਰੀਜ਼ ਹਸਪਤਾਲ ਜਾਏ, ਪਹਿਲੇ ਥਿਊਰੀ ਹੈ, ਪ੍ਰੈਕਟੀਕਲ ਬਾਅਦ ਵਿੱਚ। ਇਹੀ ਕਾਨੂੰਨ ਰੱਬ ਨੇ ਆਪਣੇ ਅਰਸ਼ ਦਾ ਬਣਾਇਆ। ਸੁਭਾਨ ਅੱਲਾਹ। ਮੈਂ ਆਦਮ ਦੁਨੀਆ ਵਿੱਚ ਜਾ, ਜਿਸਮ ਆਦਮ ਸਰ ਦੁਨੀਆ ਤੇ ਪਹਿਲੇ ਸਹੀਫਾ ਤਾ ਕੀਤਾ, ਪਹਿਲੇ ਥਿਊਰੀ ਦਿੱਤੀ ਕਿ ਸੋਹਣਿਆ ਇਹਨੂੰ ਪੜ੍ਹ ਤੇ ਹੁਣ ਅਮਲ ਕਰਵਾ, ਫਿਰ ਅੱਗੇ ਪ੍ਰੈਕਟੀਕਲ ਹੋਇਆ। ਹਜ਼ਰਤ ਇਬਰਾਹੀਮ ਅਲੈਹਿਸਸਲਾਮ ਦੀ ਬਾਣੀ ਫਰਮਾਇਆ, ਪਹਿਲੇ ਸੋਹਣਿਆ ਥਿਊਰੀ ਲੈ, ਸਹੀਫਾ ਲੈ, ਫਿਰ ਅਮਲ ਕਰਵਾਇਆ, ਕਿਹਾ ਹੁਣ ਪ੍ਰੈਕਟੀਕਲ ਕਰਾ, ਤਬਲੀਗ ਕਰ। ਹਜ਼ਰਤ ਮੂਸਾ ਦੀ ਵਾਰੀ ਆਈ, ਪਹਿਲੇ ਕਿਹਾ ਕਿਤਾਬ ਲੈ। ਕੀ ਲੈ? ਕਿਤਾਬ ਲੱਭੀ, ਯਾਨੀ ਥਿਊਰੀ ਲੱਭੀ, ਕਿਤਾਬ ਪੜ੍ਹ, ਸੋਹਣਿਆ ਹੁਣ ਅਮਲ ਕਰਾ। ਸਮਝ ਆ ਰਹੀ ਹੈ ਮੇਰੀ ਗੱਲ ਦੀ? ਯਾਨੀ ਜੋ ਹੀ ਕਾਨੂੰਨ ਦੁਨੀਆ ਕਾ ਹੈ, ਉਹ ਹੀ ਰੱਬ ਕੇ ਅਰਸ਼ ਕਾ। ਨਬੀ ਆਏ, ਹਜ਼ਰਤ ਆਦਮ ਅਲੈਹਿਸ ਸਲਾਮ ਹੋਏ, ਪਹਿਲੇ ਥਿਊਰੀ ਮਿਲੀ। ਪਹਿਲੇ ਕੀ ਮਿਲੀ ਬੋਲੋ? ਉੱਚਾ ਬੋਲ ਕੇ ਉੱਚਾ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਲੋਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਇਬਰਾਹੀਮ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਸੁਹੇਲ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਅਲੋਕ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਸੁਲਮਾਨ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਮੂਸਾ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਜਦ ਬਾਤ ਮੂਸਾ ਕੀ ਆਈ, ਪਹਿਲੇ ਥਿਊਰੀ ਮਿਲੀ, ਪ੍ਰੈਕਟੀਕਲ ਬਾਅਦ ਵਿੱਚ। ਉਹ ਪ੍ਰੇਮ ਕੁਲੇ ਇਤਨਾ ਕਿ ਹਜ਼ਾਰ ਪਰਮ ਕੁਲੇ ਜਿਸ ਤੇ ਰਾਤ ਕੋਲ ਕੁਲੇ ਪਹਿਲੇ ਥਿਊਰੀ ਦੀ ਪ੍ਰੈਕਟੀਕਲ ਬਾਅਦ ਵਿੱਚ। ਉਹ ਆਦਿਨਾ ਦਾ ਲਾਲ ਰੰਗ ਵਾਲਾ, ਸੁਭਾਨ ਅੱਲਾਹ। ਜਿਬਰਾਇਲ ਸੁਣ ਲੈ, ਮਿਕਾਇਲ ਸੁਣ ਲੈ, ਇਸਰਾਇਲ ਸੁਣ ਲੈ, ਜੇ ਕੁਰਾਨ ਵਿੱਚ ਨਜ਼ਰ ਆਏ
ਖਾਣ ਤੇ ਜੇ ਕੁਰਾਨ ਜੇ ਕੋਈ ਕਿਤਾਬ ਹੋ ਨਹੀਂ ਸਕੀ ਤਾਂ ਮੁਸਤਫਾ ਜਿਹਾ ਕਿਵੇਂ ਹੋਣਾ ਸੁਭਾਨ ਅੱਲਾ ਸੁਭਾਨ ਅੱਲਾ ਮੁਸਤਫਾ ਜਿਹਾ ਕਿਵੇਂ ਹੋ ਸਕਦਾ ਬੇਸ਼ੱਕ ਫਿਰ ਜੇ ਅਗਰ ਕਿਸੇ ਦੇ ਅੱਕਲ 'ਚ ਪੀੜਾ ਨਾ ਆਉਣਾ ਨਿਕਲੇ ਕਿ ਜੀ ਨਹੀਂ 40 ਸਾਲ ਬਾਅਦ ਕਿਉਂ ਆਈ ਹੈ ਤਾਂ ਦੋਸਤੋ ਬਜ਼ੁਰਗੋ ਉਹਦੀ ਵੀ ਮੈਂ ਵਜ੍ਹਾ ਦੱਸਣਾ ਕਿ ਰੱਬ ਨੇ ਕਮਲੀ ਵਾਲ 40 ਸਾਲ ਬਾਅਦ ਕਿਉਂ ਕਿਤਾਬ ਨਾਜ਼ਿਲ ਫਰਮਾਈ ਹੈ ਉਹਦੀ ਵਜ੍ਹਾ ਇਹ ਹੈ ਕਿ ਕੁਰਾਨ ਪਾਕ ਜਿਸ ਟਾਈਮ ਪੜ੍ਹਨੇ ਆ ਨਾ ਠੀਕ ਹੈ ਅਲਹਮਦੁਲਿਲਾਹ ਕਿ ਬਨ ਨਾਸ ਤੱਕ ਪੜ੍ਹੀਏ ਕਿਤੇ ਵੀ ਸ਼ੱਕੋ ਸ਼ੁਬਾ ਆਇਆ ਨਹੀਂ ਜਿਹੜਾ ਪੜ੍ਹ ਰਿਹਾ ਹਾਂ ਅਗਰ ਦਿਲ ਚਾਹੇ ਬਹਿ ਦੀ ਮੁਹੱਬਤ ਨਹੀਂ ਹੈ ਗੁਮਰਾਹ ਹੁੰਦਾ ਲੇਕਿਨ ਕੁਰਾਨ ਵੈਸੇ ਸਾਰੀ ਹਦਾਇਤ ਲੇਕਿਨ ਉਹ ਨਾ ਹਸੇ ਜਿਹੜੇ ਅਹਲੇ ਈਮਾਨ ਕੀ ਨੇ ਬੋਲੋ ਅਹਲੇ ਈਮਾਨ ਸੱਚਾ ਬੋਲੋ ਨਾ ਅਹਲੇ ਈਮਾਨ ਅਰਬ ਦੇ ਲੋਕਾਂ ਦਾ ਦਸਤੂਰ ਹੈ ਸੀ ਮੈਂ ਇੱਕ ਰਿਵਾਜ ਚ ਪੜਿਆ ਕਿ ਇੱਕ ਰੋਜ਼ ਕਿਸੇ ਕਬੀਲੇ ਦੇ ਨਾ ਆਪਸ ਚ ਮਜ਼ਾਕ ਹੋਇਆ ਕਰਦਾ ਕਰਦਾ ਨਾ ਇੱਕ ਅਰਬੀ ਨੂੰ ਤੀਰ ਆਸਮਾਨ ਹੱਥ ਚ ਫੜੇ ਤੀਰ ਛੁੱਟਿਆ ਤੇ ਜਾ ਕੇ ਇੱਕ ਊਂਠਣੀ ਦੇ ਥਨ ਨੂੰ ਲੱਗਾ ਕਿਹਨੂੰ ਲੱਗਾ ਬੋਲੋ ਊਂਠਣੀ ਦੇ ਥਨ ਨੂੰ ਲੱਗਾ ਤੇ ਜਿਸ ਟਾਈਮ ਤੀਰ ਊਂਠਣੀ ਦੇ ਥਨ ਨੂੰ ਲੱਗਾ ਨਾ ਤੇ 40 ਸਾਲ ਤੱਕ ਉਸ ਊਂਠਣੀ ਪਿੱਛੇ ਲੜਦੇ ਰਹੇ ਕਿੰਨੇ ਸਾਲ 40 ਯਾਨੀ ਇੰਨੀ ਆਕੜ ਉਹਨਾਂ ਅਰਬੀਆਂ 'ਚ ਇੰਨਾ ਗਰੂਰ ਤੇ ਤਕੱਬਰ ਉਹਨਾਂ ਅਰਬੀਆਂ ਵਿੱਚ ਕਿ ਊਂਟਣੀ ਪਿੱਛੇ ਆਪਣੀ ਨੱਕ ਖਣਾ ਹੁੰਦੀ ਸੀ ਤੇ 40 ਸਾਲ ਆਪਣੀ ਆਨ ਦੀ ਖਾਤਰ ਲੜਦੇ ਨੇ ਕਿਹਦੀ ਖਾਤਰ ਆਨ ਦੀ ਖਾਤਰ ਸ਼ਾਨ ਦੀ ਖਾਤਰ ਲੜਦੇ ਨੇ ਤੋ ਸ਼ੇਰ ਵੀ ਬਣਨ ਕਬੀ ਪੀਨੇ ਪਲਾਨੇ ਪੇ ਝਗੜਾ ਕਬੀ ਤੋੜਾ ਅੱਗੇ ਬੜਾਣ ਕੋੜਾ ਅੱਗੇ ਤੋੜਾਣੇ ਪੇ ਝਗੜਾ ਤੇ ਜਿਹੜੇ ਅਰਬੀ ਲੋਕ ਇੰਨੇ ਘਮੰਡੀ ਤੇ ਮਗਰੂਰੇ ਕਿ ਆਪਣਾ ਨੱਕ ਖਣਾ ਹੁੰਦੇ ਤੇ ਜਿਸ ਨੂੰ ਕਮਲੀ ਵਾਲ ਨੂੰ 40 ਸਾਲ ਤੋਂ ਬਾਅਦ ਤਬਲੀਗ ਦਾ ਐਲਾਨ ਫਰਮਾਇਆ ਨਾ ਤੇ ਕੀ ਕਿਹਾ ਕਿਤਾਬ ਪੜ੍ਹ ਕੇ ਨਾ ਕੁਰਾਨ ਪਾਕ ਪੜ੍ਹ ਕੇ ਤੇ ਬੁੱਤਾਂ ਨੂੰ ਕਿਹਾ ਕਿ ਉਹ ਤੁਹਾਡੇ ਬੁੱਤ ਕਿੰਝਦੇ ਨੇ ਇਹ ਤੇ ਟੁਰ ਨਹੀਂ ਸਕਦੇ ਇਹ ਤੇ ਲੁੱਲੇ ਨੇ ਇਹ ਤੇ ਲੰਗੜੇ ਨੇ ਇਹ ਤੇ ਅੰਨੇ ਨੇ ਇਹ ਤੇ ਮੂੰਹ ਤੇ ਧੂੜ ਪੈ ਰਹੀ ਆਪਣਾ ਮੂੰਹ ਸਾਫ਼ ਨਹੀਂ ਕਰ ਸਕਦਾ ਤੁਹਾਡਾ ਕੀ ਕਰਨਾ ਕਿਹਾ ਕਿ ਨਹੀਂ ਕਿਹਾ ਫਰਮਾਇਆ ਨਾ ਹੁਣ ਤੇ ਬੁੱਤਾਂ ਦੀ ਖਾਮੀਆਂ ਦੱਸੀਆਂ ਕਿਹਾ ਜੀ ਇਹ ਖਾਮੀਆਂ ਨੇ ਇਹਨਾਂ ਨੂੰ ਤੇ ਆਪ ਆਪਣਾ ਸਾਫ਼ ਨਹੀਂ ਸਿੱਧੇ ਨਾ ਤੁਹਾਡਾ ਕੀ ਸਾਹਮਣਾ ਤੇ ਤਾਰੀਖ ਦੀ ਕਿਸੇ ਕਿਤਾਬ 'ਚ ਮੈਨੂੰ ਇਹ ਗੱਲ ਸਾਬਤ ਕਰਕੇ ਦੱਸੋ ਕਿ ਅਰਬੀਆਂ ਨੇ ਇਹ ਗੱਲ ਕੀਤੀ ਹੋਈ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੂੰ ਸਾਡੇ ਬੁੱਤਾਂ ਦੇ 100 ਐਬ ਕੱਢੇ ਨੇ ਤੂੰ ਆਪਣਾ ਇੱਕ ਲੈ ਕੇ ਆ ਅਸੀਂ 10 ਉਹਦੇ 'ਚ ਵੀ ਕੱਢ ਲਾਂਗੇ 10 ਐਬ ਉਹਦੇ 'ਚ ਵੀ ਕੱਢ ਲਾਂਗੇ ਕਦੀ ਕਿਸੇ ਨੇ ਇਹ ਗੱਲ ਕੀਤੀ ਨਹੀਂ ਬੋਲੋ ਨਾ ਨਹੀਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਰੱਬ ਨੇ ਸੁਣਿਆ 40 ਸਾਲ ਤੋਂ ਬਾਅਦ ਕਿਤਾਬ ਨਾਜ਼ਲ ਤਾਂ ਫਰਮਾਈ ਕਿ ਪਹਿਲੇ ਮੈਂ ਕਮਲੀ ਵਾਲੀ ਦੀ ਜ਼ਿੰਦਗੀ ਨੂੰ ਪੜ੍ਹਾਂ ਮੇਰੇ 'ਚ ਐਬ ਤਲਾਸ਼ ਕੇ ਨਾ ਜਾਂਦੇ ਸੁਣਿਆ ਪਹਿਲੇ ਤੇਰੀ ਜ਼ਿੰਦਗੀ ਨੂੰ ਪੜ੍ਹਨ ਤਾਂ ਜੇ ਤੇਰੀ 40 ਸਾਲ ਦੀ ਜ਼ਿੰਦਗੀ 'ਚ ਇਹਨਾਂ ਨੂੰ ਕੋਈ ਐਬ ਲੱਭ ਜਾਵੇ ਫਿਰ ਮੇਰੇ ਵੱਲ ਢੋਰੀ ਫਿਰ ਉੱਚਾ ਬੋਲਣਾ ਫਿਰ ਮੇਰੇ ਵੱਲ ਢੋਰੀ ਤੇ ਜੇ ਕਮਲੀ ਵਾਲੇ ਦੀ 40 ਸਾਲ ਦੀ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਐਬ ਲੱਭਾ ਨਹੀਂ ਤੇ ਇਹਨਾਂ ਬਦਬਖਤਾਂ ਨੂੰ ਕਿਵੇਂ ਪੈ ਲੱਭਦੇ ਨੇ ਦੋਸਤੋ ਬਜ਼ੁਰਗੋ ਯਾਦ ਰੱਖੋ ਕਿ ਜਿੰਨਾ ਸਾਡਾ ਨਬੀ ਹੈ ਇੰਨਾ ਕੋਈ ਨਬੀ ਹੈ ਹੀ ਨਹੀਂ ਬੇਸ਼ੱਕ ਬੇਸ਼ੱਕ ਕਿਸੇ ਮਾਂ ਨੇ ਨਬੀ ਬੋਲੋ ਜਮੀ ਹੀ ਨਹੀਂ ਹੈ ਦੋਸਤੋ ਬਜ਼ੁਰਗੋ ਆਪਣੇ ਮਨ 'ਚ ਅੱਕਾ ਦੀ ਆਦ ਦੀ ਮੁਹੱਬਤ ਪੈਦਾ ਕਰੋ ਕੀ ਪੈਦਾ ਕਰੋ ਬੋਲੋ ਅੱਕਾ ਤੇ ਅੱਕਾ ਦੀ ਆਦ ਦੀ ਮੁਹੱਬਤ ਪੈਦਾ ਕਰੋ ਖੁਦਾ ਦੀ ਕਿਸਮਤ ਦੇ ਬਗੈਰ ਗੁਜ਼ਾਰਾ ਹੀ ਨਹੀਂ ਹੈ ਬੇਸ਼ੱਕ ਜਿਸ ਟਾਈਮ ਮਿਰਾਜ ਹੋਇਆ ਨਾ ਸੁਭਾਨ ਅੱਲਾਹ ਜਿਸ ਰੱਬੀਆਂ ਦੀ ਪਾ ਗਿਆ ਉਹ ਰੱਬ ਜਿਹੜਾ ਆਪਣੇ ਬੰਦੇ ਨੂੰ ਲੈ ਗਿਆ ਤੇ ਮਿਰਾਜ ਤੇ ਉਹ ਤਾਂ ਅਸੀਂ ਮਸਜਿਦ ਅਕਸਰ ਦੀ ਤਰਫ ਲੈ ਕੇ ਜਾਣ ਦਾ ਕੀ ਮਕਸਦ ਸੀ ਕਿਆ ਪੁਰਾਣ ਕੰਟਰੈਕਟ ਨਹੀਂ ਸੀ ਉਦੋਂ ਜਾ ਸਕਦਾ ਉਹ ਬੋਲੋ ਨਾ ਮੈਂ ਮੰਤਕੀ ਗੱਲਾਂ ਕਰ ਰਿਹਾ ਵਾਂ ਹਦੀਸਾਂ ਨਹੀਂ ਸੁਣਾ ਰਿਹਾ ਤਾਂ ਕਿ ਹਰ ਬੰਦੇ ਨੂੰ ਸਮਝ ਆ ਜਾਏ ਤੇ ਜੇ ਚ ਸ਼ੌਰ ਨਹੀਂ ਉਹਨੂੰ ਵੀ ਪਤਾ ਲੱਗ ਜਾਏ ਕਿ ਗੱਲ ਕੀ ਪਕੜਨਾ ਵਰਡ ਗੱਡ ਕਿਉਂ ਦੱਸਣਾ ਪਿਆ ਡਰੱਟ ਕੁੰਡੀ ਹਿਲਦੀ ਰਹੀ ਹਿੱਲੀ ਸੀ ਕਿ ਨਹੀਂ ਸੀ ਹਿੱਲੀ ਬੁਰਾਕ 'ਚ ਬੈਠੇ ਤੇ ਬੁਰਾਕ 'ਚ ਬਹਿ ਕੇ ਬੁਰਾਕ ਦਾ ਕੰਮ ਸੀ ਨਾ ਕਿ ਉੱਥੇ ਅਰਸ਼ਾਂ ਦੀ ਤਰਫ ਲੈ ਜਾਂਦਾ ਇਹ ਹੀ ਸੀ ਨਾ ਪਰ ਨਹੀਂ ਬੁਰਾਕ ਮਸਜਿਦ ਅਕਸਰ ਦੀ ਤਰਫ ਗਿਆ ਕਿ ਨਹੀਂ ਗਿਆ ਗਿਆ ਉੱਥੇ ਜਾ ਕੇ ਕਮਲੀ ਵਾਲੇ ਨੇ ਨਮਾਜ਼ ਪੜ੍ਹਾਈ ਪੜ੍ਹਾਈ ਨਾ 1,24,000 ਕਮਾ